ਲੁਧਿਆਣਾ ਦੇ ਨੂਰਵਾਲਾ ਰੋਡ ਤੇ ਅੱਜ ਸਵੇਰੇ ਦੋ ਲੁਟੇਰੇ ਇੱਕ ਟਰੈਵਲ ਏਜੰਸੀ ਦੀ ਮਹਿਲਾ ਵਰਕਰ ਕੋਲੋਂ 4 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਅੱਜ ਸਵੇਰੇ 10 ਵਜੇ ਦੀ ਹੈ। ਪੁਲਿਸ ਮੌਕੇ ਤੇ ਪਹੁੰਚ ਕੇ ਵਾਰਦਾਤ ਦੀ ਜਾਂਚ ਕਰ ਰਹੀ ਹੈ। ਲੁਧਿਆਣਾ ਦੇ ਨੂਰਵਾਲਾ ਰੋਡ ਤੇ ਆਜ਼ਾਦ ਨਗਰ ਇਲਾਕੇ 'ਚ ਦਿਨ ਦਿਹਾੜੇ 4 ਲੱਖ ਦੀ ਲੁੱਟ ਹੋ ਗਈ। ਨਕਾਬਪੋਸ਼ ਲੁਟੇਰੇ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦੇ ਦਫ਼ਤਰ 'ਚ ਦਾਖਲ ਹੋਏ ਤੇ ਹਥਿਆਰ ਦੀ ਨੋਕ ਤੇ 4 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਪੂਰੀ ਘਟਨਾ CCTV 'ਚ ਰਿਕਾਰਡ ਹੋ ਗਈ ਹੈ ਤੇ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਇੰਨੀ ਦਿਨੀ ਗੁਜਰਾਤ ਦੌਰੇ ਤੇ ਹਨ ਤੇ ਅੱਜ ਉਹਨਾਂ ਦਾ ਇੱਥੇ ਦੂਸਰਾ ਦਿਨ ਹੈ। ਕਾਂਗਰਸ ਦੇ ਸੋਸ਼ਲ ਮੀਡੀਆ ਵਰਕਰਾਂ ਨਾਲ ਗੱਲ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਦੀ ਸਲਾਹ ਤੇ 3 ਤੋਂ 4 ਲੋਕਾਂ ਦੀ ਟੀਮ ਟਵੀਟ ਕਰਨ ਦੀ ਜ਼ਿੰਮੇਵਾਰੀ ਸੰਭਾਲਦੀ ਹੈ ਤੇ ਸਿਆਸੀ ਵਿਸ਼ਿਆਂ ਤੇ ਸਾਰੇ ਟਵੀਟ ਉਹਨਾਂ ਦੇ ਆਪਣੇ ਹੁੰਦੇ ਹਨ। ਪ੍ਰਧਾਨ ਮੰਤਰੀ ਮੋਦੀ 3 ਦਿਨ ਦੇ ਫਿਲੀਪਾਈਨਸ ਦੌਰੇ ਤੇ ਅੱਜ ਰਵਾਨਾ ਹੋ ਗਏ। ਇਸ ਦੌਰਾਨ ਉਹ 15ਵੇਂ ਆਸੀਆਨ ਤੇ 12ਵੇਂ ਪੂਰਵੀ ਏਸ਼ੀਆ ਸੰਮੇਲਨ 'ਚ ਹਿੱਸਾ ਲੈਣਗੇ। ਸੋਮਵਾਰ ਨੂੰ ਆਸੀਆਨ ਸਿਖਰ ਸੰਮੇਲਨ ਦੇ ਮੌਕੇ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਕਰਨਾਟਕਾ ਦੇ ਗ੍ਰਹਿ ਮੰਤਰੀ ਰਾਮਲਿੰਗਾ ਰੈਡੀ ਨੇ ਕਿਹਾ ਹੈ ਕਿ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਹੱਤਿਆਰਿਆਂ ਨੂੰ ਕੁਝ ਹਫ਼ਤਿਆਂ 'ਚ ਨਿਸ਼ਚਿਤ ਰੂਪ 'ਚ ਫੜ ਲਿਆ ਜਾਵੇਗਾ। ਗੌਰੀ ਲੰਕੇਸ਼ ਦੀ ਬੈਂਗਲੁਰੂ ਵਿੱਚ 2 ਮਹੀਨੇ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ। ਆਮਦਨ ਕਰ ਵਿਭਾਗ ਵੱਲੋਂ ਚੇਨਈ ਵਿੱਚ ਤਾਮਿਲਨਾਡੂ ਦੇ ਉੱਗੇ TV ਚੈਨਲ ਜੈ TV ਦੇ ਅੱਜ ਲਗਾਤਾਰ 4th ਦਿਨ ਵੀ ਛਾਪੇਮਾਰੀ ਜਾਰੀ ਹੈ। ਮਹਾਰਾਸ਼ਟਰ 'ਚ ਪਦਮਾਵਤੀ ਫਿਲਮ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਹੀ ਗੁਜਰਾਤ ਵਿੱਚ ਫਿਲਮ ਖਿਲਾਫ਼ ਰਾਜਪੂਤਾਂ, ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਤੇ ਕਰਨੀ ਸੈਨਾ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਪਹਿਲੀ ਵਾਰ 34ਵੀਂ ਸਾਲਾਨਾ ਏਸ਼ੀਅਨ ਬੈਂਕਰ ਐਸੋਸੀਏਸ਼ਨ ਦੀ ਕਾਨਫਰੰਸ ਦੀ ਮੇਜ਼ਬਾਨੀ ਕਰੇਗੀ। ਸਟੇਟ ਬੈਂਕ ਦੀ ਮੇਜ਼ਬਾਨੀ 'ਚ 16 ਨਵੰਬਰ ਤੋਂ ਸ਼ੁਰੂ ਹੋ ਰਹੀ ਇਹ ਕਾਨਫਰੰਸ 2 ਦਿਨ ਚੱਲੇਗੀ। ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਿੰਗਾਪੁਰ ਤੋਂ ਆਉਣ ਵਾਲੀ ਉਡਾਨ ਮਲਿੰਡਾ ਏਅਰਲਾਈਨ ਆਪਣੇ ਮਿੱਥੇ ਹੋਏ ਸਮੇਂ ਤੋਂ ਤਕਰੀਬਨ 12 ਘੰਟੇ ਦੇਰੀ ਨਾਲ ਪੁੱਜੀ, ਜਿਸ ਕਰਕੇ ਇਮੀਗ੍ਰੇਸ਼ਨ ਕਰਵਾ ਚੁੱਕੇ ਕਰੀਬ 157 ਯਾਤਰੀਆਂ ਨੂੰ ਹਵਾਈ ਅੱਡੇ ਅੰਦਰ ਹਾਲ ਵਿਖੇ ਬੈਠਣਾ ਪਿਆ ਤੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਉਹਨਾਂ ਨੂੰ ਬੁੱਢਾ ਕਹਿ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ। ਉਹਨਾਂ ਨੇ ਇਹ ਗੱਲ ਅੱਜ ਸਵੇਰੇ ਵੀਅਤਨਾਮ ਵਿੱਚ ਹੋਈ ਏਸ਼ੀਆ ਪੈਸੇਫਿਕ ਇਕਨੋਮਿਕ ਕੋਆਪਰੇਸ਼ਨ ਸਮਿਟ 'ਚ ਹਿੱਸਾ ਲੈਣ ਮਗਰੋਂ ਕਹੀ।